ਜਿੰਨੀ ਹੋਂਦ ਖੋਂਦ ਰਿਜੈਕਟਡ ਮਾਲ ਸਾਰੀ ਪਾਰਟੀਆਂ 'ਚ ਪਿਆ ਸੀ ਸਾਰਾ ਟਕਸਾਲੀ ਹੈ ਕਿ ਨਹੀਂ ਟਕਸਾਲੀ ਵੀਰ ਦਵਿੰਦਰ ਟਕਸਾਲੀ ਹੈ ਜੋ ਚੀਫ ਆਫ ਦਾ ਆਰਮੀ ਸਾਹਿਬ ਜਨਰਲ ਜੇ ਜੇ ਸਿੰਘ ਟਕਸਾਲੀ ਹੈ ਕੈਂਡੀਡੇਟ ਕਿਹੜੇ ਇਹਨਾਂ ਦੇ ਕੀ ਫਿਰ ਇਹਨਾਂ ਨੂੰ ਆਪਣਾ ਨਾਂ ਟਕਸਾਲੀ ਕੱਟਣਾ ਚਾਹੀਦਾ ਉਹ ਕਹਿੰਦੇ ਕੀ ਅਸੀਂ ਟਕਸਾਲੀਆਂ ਦੀ ਗੱਲ ਕਰਦੇ ਹਾਂ ਕਿਹੜੀ ਟਕਸਾਲੀ ਦੀ ਗੱਲ ਕੀਤੀ ਇਹਨੇ ਜਿੰਨੇ ਲੋਕੀ ਲੈ ਰਹੇ ਆ ਆਪਣੀ ਪਾਰਟੀ 'ਚ ਜਿੰਨੇ ਸ਼ਾਮਿਲ ਕਰ ਰਹੇ ਆ ਅਕਾਲੀ ਦਲ ਟਕਸਾਲੀ 'ਚ ਕੋਈ ਵੀ ਟਕਸਾਲੀ ਨਹੀਂ ਹੈ ਮੈਨੂੰ ਤਾਂ ਬੜੀ ਖੁਸ਼ੀ ਹੈ ਕਿ ਮੈਦਾਨੇ ਜੰਗ 'ਚ ਆਇਆ ਸੱਚ ਤੇ ਸੱਚ ਦਾ ਸਾਹਮਣਾ ਹੋ ਜਾਊਗਾ ਬ੍ਰਹਮਪੁਰਾ ਸਾਹਿਬ ਆਪਣੇ ਪਿੰਡ 'ਚੋਂ ਹੀ ਜ਼ਮਾਨਤ ਜ਼ਬਤ ਹੋਊਗੀ ਉਹਨਾਂ ਦੀ ਖਡੂਰ ਸਾਹਿਬ ਹਲਕੇ 'ਚੋਂ ਜੇ ਹਿੰਮਤ ਸੀ ਤਾਂ ਆਪ ਲੜਦੇ ਜੇ ਤਿੰਨੇ ਟਕਸਾਲੀ ਜਿਹੜੇ ਗਏ ਸੀ ਤਿੰਨਾਂ ਨੂੰ ਮੈਦਾਨੇ ਜੰਗ 'ਚ ਆਉਣਾ ਚਾਹੀਦਾ ਸੀ ਹਰ ਸਿੱਖ ਨੂੰ ਮੰਨਣਾ ਚਾਹੀਦਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਮੈਂ ਕਹਿ ਕੀ ਰਿਹਾ ਤੁਸੀਂ ਮੇਰੀ ਗੱਲ ਸਮਝੇ ਨਹੀਂ ਫਾਰ ਅਸ ਆਈ ਐਮ ਨੋਟ ਆਂਸਰੇਬਲ ਟੂ ਭਗਵਾਨ ਬਲਰਾਮ ਜਾਖੜ ਆਈ ਐਮ ਆਂਸਰੇਬਲ ਟੂ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਸਾਡਾ ਫਰਜ਼ ਹੈ ਮੰਨਣਾ ਛੋਟਾ ਭਰਾ ਹੈ ਵਿਚਾਰਾ ਮੈਨੂੰ ਲੱਗਦਾ ਉਹਦਾ ਵੀ ਟਾਈਮ ਟਕਸਾਲਿਆਂ ਤੋਂ ਜਾਣ ਨੂੰ ਹੋ ਗਿਆ ਉਹੀ ਮੈਂ ਕਹਿੰਦਾ ਇਹ ਸੱਚਾਈ ਸਾਹਮਣੇ ਹੈ ਆਹ ਸਾਰੀ ਏ ਹੈ ਬੀ ਟੀਮ ਹੈ ਆਹ ਇਕੱਠੇ ਹੋ ਜਾਣੇ ਇਹਨਾਂ ਨੇ ਫਰਸਟ੍ਰੇਸ਼ਨ ਹੈ ਮੈਂ ਦੇਖੋ ਕਾਂਗਰਸ ਵਿੱਚ ਫਰਸਟ੍ਰੇਸ਼ਨ ਕਿਉਂ ਵੋਟ ਹੀ ਸਾਰੀ ਅਕਾਲੀ ਦਲ ਬੀਜੇਪੀ ਨੂੰ ਪੈਣੀ ਹੈ ਬਾਕੀ ਤਾਂ ਲਿਟਲ ਬਿਟ ਵੰਡੀ ਜਾਊਗੀ ਆਪਣੀ ਕਾਂਗਰਸ 'ਚ ਜਾਂ ਥੋੜੀ ਜਿੱਤਾਂਗੇ 13 ਦੀ 13 ਸ਼ਾਇਦ ਵੋਟਾਂ ਇੰਨੀਆਂ ਪੈ ਜਾਣ ਗੁਆਂਢ 'ਚ ਵੀ ਸਾਰੇ ਸੂਬਿਆਂ ਸਾਰੀ ਅਸਰ ਪੈ ਜਾਏ ਮੈਂ ਕਹਿਣਾ ਚਾਹੁੰਦਾ ਕਿ ਕਰਤਾਰਪੁਰ ਕੋਰੀਡੋਰ ਇੱਕ ਸਿੱਖ ਸੈਂਟੀਮੈਂਟਸ ਦੀ ਵੱਡੀ ਜਿਹੜੀ ਦੇਣ ਸਿੱਖਾਂ ਦੀ ਜਿਹੜੀ ਬਹੁਤ ਵੱਡੀ ਮੰਗ ਪ੍ਰਧਾਨ ਮੰਤਰੀ ਮੋਦੀ ਜੀ ਨੇ ਪੂਰੀ ਕੀਤੀ ਹੈ ਮੈਨੂੰ ਆਸ ਹੈ ਕਿ ਪਾਕਿਸਤਾਨ ਨੂੰ ਰਿਸਪੈਕਟ ਕਰੂਗੀ ਸਰ ਇੱਕ ਕਹਿੰਦੇ 500 ਯਾਤਰੀ ਰੋਜ਼ਾਨਾ ਜਾ ਰਹੇ ਆ ਔਰ ਕਹਿ ਰਹੇ ਪਾਕਿਸਤਾਨ ਕਹਿੰਦੇ ਇਸ ਤੋਂ ਵੱਧ ਨਹੀਂ ਹੈਗਾ ਤੁਹਾਡੀ ਕੀ ਡਿਮਾਂਡ ਹੈ ਹਿੰਦੁਸਤਾਨ ਦੀ ਸਰਕਾਰ ਦੀ ਘੱਟ ਤੋਂ ਘੱਟ 5000 ਦੀ ਮੰਗ ਸੀ ਪਾਕਿਸਤਾਨ ਜਾਣ ਕੇ ਇਹਦੇ 'ਚ ਰੋੜੇ ਪਾਉਣ 'ਤੇ ਲੱਗਿਆ ਜਿੰਨੀਆਂ ਕੰਡੀਸ਼ਨਸ ਪਾਈ ਜਾਂਦੇ ਹਿੰਦੁਸਤਾਨ ਦੀ ਸਰਕਾਰ ਮੋਦੀ ਸਾਹਿਬ ਸਰਕਾਰ ਨੇ ਬੜੇ ਲਿਬਰਲ ਤਰੀਕੇ ਨਾਲ ਉਹਨਾਂ ਨੇ ਪ੍ਰਪੋਜ਼ਲ ਦਿੱਤੇ ਸੀ ਕਾਂਗਰਸ ਪਾਕਿਸਤਾਨ ਨੇ ਜਾਣ ਕੇ ਉਹਦੇ 'ਚ ਰੋੜੇ ਕੰਪਲੀਕੇਸ਼ਨਸ ਪਾਉਣ ਦੀ ਕੋਸ਼ਿਸ਼ ਕਰੀ ਵਾਈ ਨਾਟ ਹਾਂਜੀ ਹੋਰ ਕੋਈ ਤੁਸੀਂ ਦੱਸੋ ਕਿੱਥੋਂ ਚਾਹੁੰਦੇ ਇੱਥੇ ਨਹੀਂ ਆ ਸਕਦੇ ਅੱਛਾ ਕਰ ਲਾ ਤੁਸੀਂ ਚਾਂਬਲਾ ਸਾਹਿਬ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ ਪਹਿਲੀ ਗੱਲ ਉਹਦੇ ਹਿਸਾਬ ਨਾਲ ਕਰਾਂਗੇ ਸਰ ਜਾਖੜ ਸਾਹਿਬ ਕਹਿੰਦੇ ਨੇ ਕਿ ਯੂ ਹੈਡ ਅ ਵੈਰੀ ਟੋਰ ਟੂ ਮੀਟਿੰਗ ਇਨ ਬੰਬੇ ਵਿਦ ਦ ਡੀਆਰ ਯਾਰ ਇੱਕ ਮਿੰਟ ਪਲੀਜ਼ ਤੁਸੀਂ ਕਿਹੜੀ ਤੁਸੀਂ ਆਮ ਨੋ ਹੂ ਇਸ ਜਾਖੜ ਜਿਹੜਾ ਦੀਸ ਆਰ ਓਲਡ ਸਟੋਰੀਜ਼ ਆਈ ਐਮ ਸ਼ੌਕਡ ਐਟ ਯੂ ਯੂ ਪਿਕਿੰਗ ਅਪ ਓਲਡ ਫੈਬਰੀਕੇਟਡ ਸਟੋਰੀਜ਼ ਆਫ ਥੇਅਰਸ ਐਂਡ ਸਰ ਇਟਸ ਕੁਆਈਟ ਨਾਓ ਕਾਫੀ ਟਾਈਮ ਹੋ ਗਿਆ ਵਿਧਾਨ ਸਭਾ ਨੂੰ ਯੂ ਮਸਟ ਹੈਵ ਐਨਾਲਾਈਜ਼ਡ ਕਿ ਵਾਟ ਵਰ ਦ ਰੀਜ਼ਨਸ ਦੈਟ ਡਿਸਪਾਈਟ ਬੀਇੰਗ ਅ ਵੈਰੀ ਪੋਪੂਲਰਸ ਲੀਡਰ ਇਨ ਪੰਜਾਬ ਯੂ ਲੋਸਟ ਵੈਰੀ ਬੈਡਲੀ Excuse me, I think you should correct yourself. We did not lose badly. If you, Congress got 38% vote share of Punjab, we got 31. Aam Aadmi 21. Aaj 7% da vote bank hai, takriban 2.5 lakh vote hai. Aaj jehde ne Gutka Sahib di song kha ke, lokaan nu sentiments,
ਇਹਨਾਂ ਨੇ ਲੋਕਾਂ ਦੇ ਦਿੱਤੇ ਯਾਰ, ਜੇ ਸੌ ਖਾਦੇ ਬੰਦਾ ਜਿਹਦੇ ਕਰਜ਼ਾ ਕਿਨੇ ਗਰੀਬ ਬੰਦੇ ਨੂੰ ਤੁਸੀਂ ਯੂ ਨੋ ਦਿਸ ਸ਼ੁਡ ਹੈਵ ਬੀਨ ਇਲੈਕਸ਼ਨ ਕੋਡ ਵਾਇਲੇਸ਼ਨ ਜਿੰਨੀ ਉਹਨੇ ਕਿਹਾ ਹੈ, ਤੇ ਵੀ ਉਹ ਵੀ ਲੋਸ 15-20 ਸੀਟਸ ਬਾਈ ਜਸਟ ਮਾਰਜਨ ਆਫ 1500 ਵੋਟਸ. ਸੋ ਇਟ ਇਜ਼ ਅ ਰੋਂਗ ਪਰਸੈਪਸ਼ਨ ਦੈਟ ਵੀ ਆਰ 31% ਵੋਟ ਡਿਸਪਾਈਟ ਆਲ ਦਾ ਫੈਬਰੀਕੇਟਡ ਸਟੋਰੀਜ਼ ਐਂਡ ਐਵਰੀਥਿੰਗ. Well, sir, what is the reason that being so populous, you actually brought the online system in Punjab, for which the Punjabis are benefiting now, and despite your very good, you know, policies for Punjab, you've not been able to move with the Taksali Akalis in Punjab. They don't understand online system. Jede Taksali, they are old. ਬਹੁਤ ਜਲਦੀ ਚਲੀਏ ਜੀ.